ਨਿਆਣੇ ਦੇ ਨੇ ਤੇ ਇੱਥੇ ਰਹਿ ਰਹੇ ਸੀਗੇ ਬਰਟਾਨੇ ਦੇ ਵਿੱਚ। ਇਹਨਾਂ ਤੋਂ ਸਾਨੂੰ ਤਿੰਨ ਵੈਪਨ ਜਿਹੜੇ ਨੇ ਉਹ ਬਰਾਮਦ ਹੋਏ ਨੇ। ਇੱਕ ਹੋਇਆ ਜੀ ਜਿਹੜਾ ਹੈਗਾ 0.765 15 ਪੌਂਡ ਦੇ ਨਾਲ ਹੋਰ ਦੋ ਵੈਪਨ ਹੋਏ ਤੇ ਇੱਕ ਪੋਲੋ ਗੱਡੀ ਜਿਹਦੇ ਤੇ ਨੰਬਰ ਜਿਹੜਾ ਹੈ ਗੱਲ ਸੀਗਾ। ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਮਤਲਬ ਬੜਾ ਇਹ ਕਿਤੇ ਤਿੰਨ ਪਰਚੇ ਨੇ ਮੋਸਟਲੀ ਇਨ ਹਰਿਆਣਾ। ਇਹ ਦੋ ਐ ਸੀਗਾ ਵੀ ਇਹ ਵੈਪਨ ਦਿਖਾ ਕੇ ਲੁੱਟ ਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ। ਇੱਕ ਦੋਨਾਂ ਤੇ ਲੜਾਈਆਂ ਦੇ ਵੀ ਪਰਚੇ ਨੇ। ਕਿਹੜੀ ਗੈਂਗ ਨਾਲ ਸੰਬੰਧਿਤ ਨੇ? ਨਹੀਂ ਇਹ ਹਜੇ ਕਿਸੇ ਇਹੋ ਜਿਹਾ ਇੰਡੀਵਿਜੁਅਲ ਗੈਂਗ ਨਾਲ ਸੰਬੰਧਿਤ ਨਹੀਂ ਵਾਰਦਾਤਾਂ ਨੂੰ ਅੰਜਾਮ ਇਹ ਜਿਹੜੀਆਂ ਬਾਲਵਾਨ ਪਕੜੀਆਂ ਇਹ ਦੇਸੀ ਕੱਟੇ ਇਹ ਵੀ ਇਹ ਵਾਲਾ ਕੰਟਰੀ ਮੇਡ ਹੈ 300 ਜਿਹੜਾ 15 ਬੋਰ ਹੁੰਦਾ ਨਾ। ਦਿਸ਼ਾ ਨਿਰਦੇਸ਼ ਅਧੀਨ ਜ਼ੀਰਕਪੁਰ ਪੁਲਿਸ ਵੱਲੋਂ ਇੱਕ ਜਿਹੜੇ ਹੈਗੇ ਭਾਰੀ ਮਾਤਰਾ ਦੇ ਵਿੱਚ ਜਿਹੜਾ ਅਵੈਧ ਵੈਪਨ ਹੈ ਰਿਕਵਰ ਕੀਤਾ ਗਿਆ ਜੀ। ਤਿੰਨ ਅਸੀਂ ਵੈਪਨ ਰਿਕਵਰ ਕੀਤੇ ਨੇ ਅਤੇ ਨਾਲ 5 ਕਾਰਤੂਸ ਜਿਹੜੇ ਇਲੀਗਲ ਨੇ। ਇਹਦੇ ਨਾਲ ਇੱਕ ਪੋਲੋ ਗੱਡੀ ਜਿਹੜੀ ਕਿ ਗਲਤ ਨੰਬਰ ਨਾਲ ਦੋ ਵਿਅਕਤੀ ਚਲਾ ਰਹੇ ਸੀਗੇ। ਇਸ FIR ਦੇ ਵਿੱਚ ਅਸੀਂ ਦੋ ਬੰਦੇ ਜਿਹੜੇ ਨੇ ਅਰੈਸਟ ਕੀਤੇ ਨੇ, ਨਰਿੰਦਰ ਸਿੰਘ ਕੇਡੀ ਅਤੇ ਰਵਿੰਦਰ ਕੁਮਾਰ ਬੰਨੀਆ। ਦੋਨੋਂ ਹੀ ਕ੍ਰਿਮੀਨਲ ਬੈਕਗਰਾਊਂਡ ਦੇ ਬੰਦੇ ਨੇ ਅਤੇ ਪਿੱਛੋਂ ਹਿਸਾਰ ਏਰੀਆ ਨੂੰ ਬਲੈਕ ਬਿਲੋਂਗ ਕਰਦੇ ਨੇ। ਨਰਿੰਦਰ ਸਿੰਘ ਕੇਡੀ ਅਤੇ ਪਿੱਛੇ 5 ਪਰਚੇ ਹੋਏ ਨੇ ਅਤੇ ਰਵਿੰਦਰ ਕੁਮਾਰ ਬੰਨੀਏ 'ਤੇ 3 ਪਰਚੇ ਹੋਏ ਨੇ। ਇਸ ਅਰੈਸਟ ਦੇ ਨਾਲ ਜਿਹੜੇ ਵੀ ਇਹਨਾਂ ਦੀ ਅੱਗੇ ਕੋਈ ਮਾੜੇ ਮਨਸੂਬੇ ਸੀ ਉਹਨਾਂ ਨੂੰ ਰੋਕਿਆ ਗਿਆ ਅਤੇ ਜਿਹੜੇ ਇਹਨਾਂ ਦੇ ਕੋਲ ਇਲੀਗਲ ਵੈਪਨ ਸੀ ਉਹਨਾਂ ਨੂੰ ਟਰੇਸ ਕੀਤਾ ਗਿਆ। ਇਹਨਾਂ ਦੇ ਜੀ ਜ਼ਿਆਦਾ ਵਾਰਦਾਤਾਂ ਹਿਸਾਰ ਹਰਿਆਣਾ ਦੇ ਵਿੱਚ ਇਹਨਾਂ ਨੇ ਜ਼ਿਆਦਾ ਵਾਰਦਾਤਾਂ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਹਜੇ। ਕਿੱਥੋਂ ਫੜੇ ਗਏ? ਇਹ ਜੀ ਰਣਜੀਤ ਐਵਨਿਊ ਅਤੇ ਦੂਜਾ ਜਿਹੜਾ ਇਨਸਾਨ ਹੈ ਇਹਨੂੰ ਇਹਦਾ ਜਿਹੜਾ ਰਵਿੰਦਰ ਕੁਮਾਰ ਬੰਨੀਆ ਜਿਹੜਾ ਜਿਹੜਾ ਦੂਜਾ ਕ੍ਰਿਮੀਨਲ ਹੈ ਇਹ ਹਿਸਾਬ ਨਾ ਕੁਝ ਪਤਾ ਲੱਗਿਆ ਵੈਪਨ ਕਿੱਥੋਂ ਲੈ ਕੇ ਆਉਂਦੇ ਨੇ ਜੀ? ਇਹ ਜੀ ਅਗੇਨ ਮੈਟਰ ਆਫ ਇਨਵੈਸਟੀਗੇਸ਼ਨ ਹੈ, ਇਹਦੇ ਬਾਰੇ ਅਸੀਂ ਪੂਰਾ ਇਹਦਾ ਚੇਨ ਡਿਵੈਲਪ ਕਰ ਰਹੇ ਹਾਂ ਵੀ ਕਿੱਥੋਂ ਲੈ ਕੇ ਆਏ ਨੇ ਕਿੱਥੇ। ਕੋਈ ਬਾਰ ਰਿਕਵਰੀ ਵੀ ਹੋਈ ਹੈ ਜਿਹੜੀ ਲੁੱਟਖੋ ਪਹਿਲਾਂ ਹੋਈ ਕੀਤੀ ਇਹਨਾਂ ਨੇ ਉਸ ਚੀਜ਼? ਉਹਦੇ ਜੀ ਉਹ ਤਾਂ ਰਿਕਵਰੀ ਦੇ ਉਹ ਤਾਂ ਆਲਰੇਡੀ ਇਹਨਾਂ ਦੇ ਪਰਚੇ ਹੋਏ ਹੋਏ ਨੇ ਜੀ। ਉਹਦੇ ਵਿੱਚ ਉਹਨਾਂ ਨੇ ਪਰਚਿਆਂ ਦੇ ਵਿੱਚ ਉਹਨਾਂ ਨੇ ਰਿਕਵਰੀ ਕੀਤੀ ਹੋਣੀ ਆ, ਉਹ ਅਸੀਂ ਸਾਰਿਆਂ ਨੂੰ ਵੀ ਆਰ ਇਨ ਕਮਿਊਨੀਕੇਸ਼ਨ ਅਤੇ ਉਹਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ। ਕਿੰਨੇ ਦਿਨ ਦਾ ਰਿਮਾਂਡ ਮਿਲਿਆ ਮੈਮ ਇਹਨਾਂ ਦਾ? ਕਿੰਨੇ ਦਿਨ ਦਾ ਮਿਲਿਆ ਉਹਨਾਂ ਦਾ? ਕੱਲ੍ਹ ਤੱਕ ਹੋਣ ਦੀ ਉਮੀਦ ਹੈ ਜੀ। ਹਾਂਜੀ ਬਿਲਕੁਲ, ਹੋਰ ਖੁਲਾਸੇ ਹੋਣ ਦੀ ਉਮੀਦ।